ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੌਲਕ ਲਿਖਤ ਹੈ ਸਿੱਖ ਨਜ਼ਰੀਏ ਤੋਂ ਆਰਟ ਅਤੇ ਵਿਅਕਤੀਤਵ ਸੰਬੰਧੀ ਨੋਟ ਆ ਉਸ ਦਾ ਅਗਲਾ ਹਿੱਸਾ ਸ਼ਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਲੜੀ ਨੂੰ ਜੋੜਨ ਲਈ ਪਿੱਛੇ ਪੜੀਆਂ ਗਈਆਂ ਕੁਝ ਪੰਕਤੀਆਂ ਨੂੰ ਫਿਰ ਪੜਨ ਦੀ ਕੋਸ਼ਿਸ਼ ਕਰਦੇ ਹਾਂ ਜੀ ਸੱਚੀ ਕਲਾਮਾਈ ਚੇਤਨਤਾ ਜਾਂ ਧਾਰਮਿਕ ਚੇਤਨਤਾ ਆਪਣੀ ਅੰਦਰੂਨੀ ਸੁੰਦਰਤਾ ਵਿੱਚ ਵਿਕਸਿਤਦੀ ਹੈ ਜਦੋਂ ਮਨੁੱਖ ਦਾ ਅੰਦਰਲਾ ਤੇ ਕੁਦਰਤ ਦਾ ਬਾਹਰਲਾ ਆਪ ਆਪਸ ਵਿੱਚ ਮਿਲ ਜਾਂਦੇ ਹਨ ਦੋਵੇਂ ਅਸਲੀਅਤ ਤੋਂ ਜਨਮਦੇ ਹਨ ਜੋ ਦੋਹਾਂ ਤੋਂ ਪਰੇ ਹੈ ਇਹ ਮੇਲ ਵਿਰਲਾ ਹੀ ਹੁੰਦਾ ਹੈ ਅਤੇ ਇਹ ਕਿਸੇ ਇੱਕ ਵਿਅਕਤੀ ਦਾ ਨਹੀਂ ਸਗੋਂ ਜੀਵਨ ਦਾ ਬ੍ਰਹਿਮੰਡੀ ਕਾਰਜ ਹੈ ਜਿਹੜੇ ਮਨੁੱਖਾਂ ਨੇ ਖੁੰਦਰਾ ਵਿੱਚ ਬੈਠ ਅਤੇ ਭਗਤੀ ਕਰਕੇ ਰੱਬ ਨੂੰ ਆਪਣੀ ਰੂਹ ਵਿੱਚੋਂ ਵੇਖਿਆ ਤਤਕਥੇ ਜੋਗੀ ਆਦਰਸ਼ਵਾਦੀ ਜਾਪਾਨ ਦੇ ਜੈਨਸ ਅਸਲ ਰੂਹਾਨੀ ਨਹੀਂ ਸਨ ਉਹ ਅਜੇ ਵੀ ਬੁੱਧੀਜੀਵੀ ਸਨ ਭਾਵਨਾਵਾਦੀ ਗਰੀਬ ਸਦਾਚਾਰੀ ਜੋ ਆਪਣੇ ਆਪ ਬੋਧਕ ਭਾਵਨਾ ਦੇ ਮਾਨਮਤੇ ਹੋਣ ਤੇ ਖੁਦਾ ਬਣ ਬੈਂਦੇ ਹਨ ਦੂਜੇ ਪਾਸੇ ਜਿਨ੍ਹਾਂ ਨੇ ਅੰਤਰਮੁਖ ਸਚਾਈਆਂ ਨੂੰ ਰੱਦ ਕਰ ਦਿੱਤਾ ਅਤੇ ਬਾਹਰੀ ਪਦਾਰਥਾਂ ਤੇ ਇੰਦਰੀਆਂ ਦੁਆਰਾ ਗਿਆਤ ਹੋਈ ਉਹਨਾਂ ਦੀ ਸੁੰਦਰਤਾ ਵਿੱਚ ਸੱਚ ਦੀ ਭਾਲ ਕਰਨ ਵਾਲੇ তথা ਕਥਿਤ ਯਥਾਰਤਵਾਦੀ ਵੀ ਬੁੱਧੀਜੀਵੀ ਹੀ ਸਨ ਉਹਨਾਂ ਦਾ ਆਰਟ ਵੀ ਪੂਰੀ ਤਰ੍ਹਾਂ ਬૌਧਿਕ ਹੈ ਜੋ ਰੂਹਾਨੀਅਤ ਨੂੰ ਕਿਸੇ ਇਕਾ ਦੁਕਾ ਉਡਾਰੀ ਵਿੱਚ ਛੋਂਦਾ ਹੈ ਇਸ ਤਰ੍ਹਾਂ ਪੁਰਾਣੇ ਯੂਨਾਨੀ ਆਦਰਸ਼ਾਂ ਤੇ ਪੂਰਬ ਦੇ ਆਰਟਾ ਆਦਰਸ਼ਾਂ ਵਿੱਚ ਜੋ ਅਧਿਆਤਮਵਾਦ ਤੇ ਆਧਾਰਿਤ ਹਨ ਕੋਈ ਫਰਕ ਨਹੀਂ ਯੂਨਾਨੀ ਬੁੱਤ ਕਹਾੜਾ ਮਨੁੱਖੀ ਸ਼ਰੀਰ ਨੂੰ ਰੱਦ ਕਰ ਦਿੰਦਾ ਹੈ ਅਤੇ ਸੰਗੇ ਮਰਮਰ ਦੇ ਖਿਆਲੀ ਸ਼ੁੱਧ ਮਾਧਿਅਮ ਰਾਈਂ ਅਪੋਲੋ ਵਿੱਚ ਆਪਣੇ ਆਦਰਸ਼ ਮਨੁੱਖ ਨੂੰ ਵੇਖਣ ਦਾ ਯਤਨ ਕਰਦਾ ਹੈ ਇਹ ਹਕੀਕਤ ਦੀ ਉਨੇ ਹੀ ਬੋਧਕ ਪੇਸ਼ਕਾਰੀ ਹੈ ਜਿੰਨੀ ਕਿ ਉਨ੍ਹਾਂ ਦੀ ਹੈ ਜਿਨ੍ਹਾਂ ਨੇ ਭਗਵਾਨ ਬੁੱਧੀ ਮਸਤੀ ਦੀਆਂ ਮੂਰਤੀਆਂ ਪੱਥਰ ਦੇ ਵੱਡੇ ਬੁੱਤਾਂ ਵਿੱਚ ਤਰਾਸ਼ੀਆਂ ਹਨ ਇਹ ਹੋਰ ਕਿਸੇ ਲਈ ਨਹੀਂ ਹੋ ਸਕਦੀ ਕਿਉਂਕਿ ਆਖਰਕਾਰ ਇਹ ਬੋਧਕ ਸਨੇਹੀ ਹੈ ਜੋ ਕਲਾਮਈ ਪ੍ਰਗਟਾਵਾ ਪੈਦਾ ਕਰਨਾ ਚਾਹੁੰਦਾ ਹੈ ਇਸ ਤਰ੍ਹਾਂ ਇਹ ਉਹ ਹੈ ਜਿਸ ਨੂੰ ਗੁਰੂ ਸਹਿਬਾਨ ਕਲਾਤਮਕ ਵਿਅੰਜਨਾ ਨਹੀਂ ਸਮਝਦੇ ਜਿਸ ਲਈ ਬੋਧਕਤਾ ਦੀ ਲੋੜ ਹੋਏ ਉਹ ਪਹਿਲਾਂ ਕਲਾਮਾਈ ਉਹ ਪਹਿਲਾਂ ਕਲਾਮਈ ਜੀਵਨ ਤੇ ਜ਼ੋਰ ਦਿੰਦੇ ਹਨ ਅਤੇ ਵਧੇਰੇ ਕਰਕੇ ਕਲਾਕਾਰੀ ਅੰਦਰ ਲετε ਜਿਸ ਦੇ ਕੇਂਦਰ ਵਿੱਚ ਪ੍ਰੇਰਣਾ ਦੀ ਲਾਟ ਜਲ ਰਹੀ ਹੈ ਬਾਕੀ ਆਪਣੇ ਆਪ ਆ ਜਾਵੇਗਾ ਗੁਰੂ ਸਾਹਿਬ ਅਨਸਾਰ ਵਿਅਕਤੀਤਵ ਦਾ ਰੋਹਾਨੀ ਪ੍ਰਗਟਾਵਾ ਮਨੁੱਖੀ ਸ਼ਰੀਰ ਵਿੱਚ ਪੈਦਾ ਹੋਏ ਅਤੇ ਪੱਲੇ ਅਹਿਸਾਸਾਂ ਰਾਈ ਹੋ ਸਕਦਾ ਹੈ ਮਨੁੱਖੀ ਸ਼ਰੀਰ ਇੱਕ ਅਪੂਰਨ ਮਾਧਿਅਮ ਹੈ ਜਿਸ ਰਾਈ ਗੁਰੂ ਸਹਿਬਾਨ ਪੂਰਨ ਦਾ ਪ੍ਰਗਟਾਵਾ ਚਾਹੁੰਦੇ ਹਨ ਸੁੰਦਰਤਾ ਬਾਹਰ ਵੀ ਨਹੀਂ ਯਥਾਰਤਵਾਦੀਆਂ ਦੀ ਪਹੁੰਚ ਵਿੱਚ ਇਹ ਅੰਦਰ ਵੀ ਨਹੀਂ ਆਦਰਸ਼ਵਾਦੀਆਂ ਦੀ ਪਹੁੰਚ ਵਿੱਚ ਕਿਉਂਕਿ ਦੋਵੇਂ ਬৌਧਿਕ ਭਾਵਨਾ ਦੀ ਤਲਾਸ਼ ਵਿੱਚ ਹਨ ਇਹ ਬৌਧਿਕ ਭਾਵਨਾ ਤੋਂ ਪਰੇ ਸੰਸਾਰ ਜਾਂ ਕੁਦਰਤ ਨਾਲ ਮਨੁੱਖ ਦੀ ਰੂਹ ਦੇ ਅੰਤਰਮੁਖੀ ਰੂਹਾਨੀ ਮੇਲ ਵਿੱਚ ਫਿਰ ਦੋ ਰਾਹ ਦਈਏ ਸੁੰਦਰਤਾ ਬਾਹਰ ਵੀ ਨਹੀਂ ਯਥਾਰਥਵਾਦੀਆਂ ਦੀ ਪਹੁੰਚ ਵਿੱਚ ਇਹ ਅੰਦਰ ਵੀ ਨਹੀਂ ਆਦਰਸ਼ਵਾਦੀਆਂ ਦੀ ਪਹੁੰਚ ਵਿੱਚ ਕਿਉਂਕਿ ਦੋਵੇਂ ਬੋਧਿਕ ਭਾਵਨਾ ਦੀ ਤਲਾਸ਼ ਵਿੱਚ ਹਨ ਇਹ ਬੋਧਿਕ ਭਾਵਨਾ ਤੋਂ ਪਰੇ ਸੰਸਾਰ ਜਾਂ ਕੁਦਰਤ ਨਾਲ ਮਨੁੱਖ ਦੀ ਰੂਹ ਦੇ ਅੰਤਰਮੁਖੀ ਰੂਹਾਨੀ ਮੇਲ ਵਿੱਚ ਹੈ ਇਹ ਮੇਲ ਕਦੇ-ਕਦਾਈਂ ਬ੍ਰਹਿਮੰਡੀ ਕਾਰਜ ਵਜੋਂ ਹੁੰਦਾ ਹੈ ਅਤੇ ਸਾਰਾ ਜੀਵਨ ਇਸ ਦੇ ਵਾਪਰਨ ਦੀ ਉਡੀਕ ਕਰਦਾ ਹੈ ਅਤੇ ਜਿਵੇਂ ਕਿ ਗ੍ਰਹਿ ਬਿਨਾਂ ਕਾਹਲ ਦੇ ਬਿਨਾਂ ਠਹਿਰਨ ਦੇ ਚੱਕਰ ਲਾਉਂਦੇ ਹਨ ਇਸ ਤਰ੍ਹਾਂ ਅਸਾਂ ਮਨੁੱਖਾਂ ਨੂੰ ਵੀ ਆਪਣੇ ਸਾਰੇ ਗਮਾਂ ਅਤੇ ਖੁਸ਼ੀਆਂ ਬਦੀ ਅਤੇ ਨੇਕੀ ਬੋਧੇ ਗਿਆਨ ਅਤੇ ਆਪਣੇ ਅਸਾਧਾਰਨ ਮੂਡਾਂ ਦੇ ਜਜ਼ਬਾਤੀ ਪ੍ਰਗਟਾਵੇ ਦੇ ਕਾਰਜ ਰਾਂ ਹੀ ਉਸ ਮਹਾਨ ਰੂਹਾਨੀ ਪ੍ਰਾਪਤੀ ਦੀ ਉਡੀਕ ਕਰਨੀ ਪੈਣੀ ਹੈ ਜਿਨ੍ਹਾਂ ਚਿਰ ਅਸੀਂ ਉਸ ਨੂੰ ਆਰਟਿਸਟ ਨੂੰ ਮਿਲ ਨਹੀਂ ਪੈਂਦੇ ਸਾਡਾ ਅਸਲੀ ਰੂਹਾਨੀ ਧਰਮ ਅਤੇ ਆਰਟ ਉਸ ਨੂੰ ਮਿਲਣ ਪਿੱਛੋਂ ਹੀ ਸ਼ੁਰੂ ਹੁੰਦਾ ਹੈ ਕਿਉਂਕਿ ਉਹ ਇੰਨਾ ਹੁਸਨ ਹੈ ਕਿ ਅਸੀਂ ਪਾਵੇਂ ਕਿੰਨਾ ਹੋਰਵੇਂ ਸੋਚੀਏ ਅਸੀਂ ਉਸ ਪਿੱਛੇ ਉਸ ਨੂੰ ਭੁੱਲ ਨਹੀਂ ਸਕਦੇ ਉਸ ਦੇ ਨੇੜੇ ਹੋ ਵੀਏ ਜਾਂ ਉਸ ਤੋਂ ਦੂਰ ਅਸੀਂ ਉਸ ਦੀ ਬਿਰਹਾ ਵਿੱਚ ਹੁੰਦੇ ਹਾਂ ਇਹ ਬਿਰਹਾ ਸਾਡਾ ਧਰਮ ਹੈ ਉਸ ਨੂੰ ਮਿਲ ਕੇ ਅਸੀਂ ਧਾਰਮਿਕ ਤੋਂ ਛੁੱਟ ਹੋਰ ਕੁਝ ਹੋ ਹੀ ਨਹੀਂ ਸਕਦੇ ਸਾਨੂੰ ਧਾਰਮਿਕ ਹੋਣਾ ਹੀ ਪੈਂਦਾ ਹੈ ਬਿਰਹਾ ਰੰਗੇ ਹੋਿਆਂ ਵਿੱਚ ਆਪਣੇ ਆਪ ਆ ਜਾਂਦਾ ਹੈ ਜਦੋਂ ਉਸ ਤੋਂ ਦੂਰ ਹੁੰਦੇ ਹਨ ਮੇਲ ਦੀਆਂ ਘੜੀਆਂ ਨਾ ਮਾਤਰ ਹਨ ਅਤੇ ਇਸ ਤਰ੍ਹਾਂ ਗੁਰੂ ਸਹਿਬਾਨਸਾਰ ਪਿਆਰ ਬਿਰਹਾ ਹੀ ਹੈ ਇਹ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਗੁਰੂ ਸਹਿਬਾਨਸਾਰ ਉਸ ਨੂੰ ਮਿਲਣ ਤੋਂ ਬਿਨਾਂ ਤੁਹਾਡੇ ਲਈ ਕੋਈ ਧਰਮ ਜਾਂ ਆਰਟ ਨਹੀਂ ਇਸ ਤਰ੍ਹਾਂ ਸਾਡੇ ਗੁਰੂ ਕਰਮ ਕਾਂਢੀ ਨੀਤੀ ਸ਼ਾਸਤਰੀ ਨਿਤਨੇਮ ਦੀ ਨਿਖੇਦੀ ਕਰਦੇ ਹਨ ਥੋੜੀਆਂ ਜਿਹੀਆਂ ਸੀਆਂ ਲਾ ਕੇ ਧਰਤੀ ਨੂੰ ਤਾਜ਼ਾ ਕਰ ਲੈਣਾ ਮੰਦਰ ਵਿੱਚ ਜਾ ਕੇ ਕਿਸੇ ਰੂਟੀਨ ਵਿੱਚੋਂ ਲੰਘਣਾ ਜਿਸ ਦੀ ਅਣਜਾਗੀ ਰੂਹ ਲਈ ਕੋਈ ਅਹਿਮੀਅਤ ਨਹੀਂ ਚੰਗਾ ਹੈ ਕਿਉਂਕਿ ਸਿੱਖ ਦੇ ਜੀਵਨ ਦਾ ਪ੍ਰਗਟਾਵਾ ਕੇਵਲ ਰੂਹਾਨੀ ਹੋ ਸਕਦਾ ਹੈ ਇਸ ਤਰ੍ਹਾਂ ਗੁਰੂ ਦੀ ਆਰਟ ਸਿਰਜਣਾ ਮਨੁੱਖੀ ਪਦਾਰਥਾਂ ਵਿੱਚੋਂ दैवी व्यक्तित्व दी ही है बिरहा दे आर्टिस्टां ਲਈ ਮਨੁੱਖ શરીર ਜਿਸ ਵਿੱਚ ਜੀਵਨ ਦੀ ਚਲਕ ਹੈ अनप्राणत है जीवन दाता है अमृतमई है निर्मल है सुंदर है ही ਕਲਾ ਦਾ ਮਾਧਿਅਮ ਹੈ ਅਤੇ ਮੁੱਖ मनोरथ शरीर ਨੂੰ ਇਸ ਵਿੱਚ ਰੱਬ ਦੇ ਨਿਵਾਸ ਦਾ ਪਾਤਰ ਬਣਾਉਣਾ ਹੈ ਬਾਕੀ ਸਾਰੇ ਸਾਧਨ ਹਨ ਮੈਂ ਹਰ ਕਿਸਮ ਦੇ ਆਰਟ ਸ਼ੁਰੂ ਕਰਦਾ ਹਾਂ ਮੇਰੀ ਅੱਖ ਵਿੱਚੋਂ ਲਿਓਨਾਰਡੋ ਡਾ ਵਿਨਸੀ ਨੂੰ ঈਸਾ ਦੀ ਅੱਖ ਦੀ ਯਾਦ ਆਉਣ ਦਿਓ ਮੇਰੇ ਕੇਸਾਂ ਤੋਂ ਉਹਨਾਂ ਨੂੰ ঈਸਾ ਦੀਆਂ ਲੱਟਾਂ ਚੇਤੇ ਆਉਣ ਦਿਓ ਮੈਂ ਹੀ ਬਿਰਹਾ ਵਿੱਚ ਨਹੀਂ ਸਗੋਂ ਦੂਜਿਆਂ ਵਿੱਚ ਵੀ ਉਸੇ ਤਰ੍ਹਾਂ ਦਾ ਬਿਰਹਾ ਪੈਦਾ ਕਰ ਰਿਹਾ ਹਾਂ ਮੈਂ ਜਿਵੇਂ ਕਿ ਗੁਰੂ ਸਾਹਿਬ ਕਹਿੰਦੇ ਹਨ ਪੂਰਾ ਲਸ਼ਕਰ ਹਾਂ ਮੈਂ ਬ੍ਰਾਹਮਣ ਸਿਆਣੇ ਵਾਂਗ ਇਕੱਲਾ ਫੁੱਲ ਵਰਗਾ ਬਣਨ ਤੋਂ ਇਨਕਾਰੀ ਹਾਂ ਮੈਂ ਬਸੰਤ ਬਣਨਾ ਚਾਹੁੰਦਾ ਮੇਰੀ ਮੁਕਤੀ ਉਸ ਵਿੱਚ ਨਹੀਂ ਮੇਰੀ ਇੱਛਾ ਹੈ ਸਾਰੇ ਉਬਾਰ ਲੈ ਜਿਤ ਦੁਆਰੇ ਉਬਰੇ ਤਿਤੈ ਲਿਓ ਉਬਾਰ ਮੇਰਾ ਸਿੱਖ ਉਹ ਹੈ ਜੋ ਪਿਆਰ ਰੰਜਾਣਾ ਹੈ ਅਤੇ ਦੂਜਿਆਂ ਨੂੰ ਪਿਆਰ ਰੰਜਾਣਾ ਕਰਦਾ ਹੈ ਉਹ ਪੰਜਾਬ ਦੇ ਸਿੱਖ ਨੌਜਵਾਨੋ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਤੁਹਾਨੂੰ ਬਿਨਾ ਅੱਖਾਂ ਸਿਰ ਹੱਥਾਂ ਤੇ ਪੈਰਾਂ ਦੇ ਨੀਲੇ ਲਾਲ ਪੀਲੇ ਤੱਬੇ ਪਾ ਕੇ ਬੰਦੇ ਮੋਟੇ ਟਡਲ ਜੇ ਗੁਰੂ ਸਾਹਿਬਾਂ ਦੇ ਚਿੱਤਰ ਕਹਿ ਕੇ ਖਰੀਦਦੇ ਆਂ ਅਤੇ ਵੇਚਦੇ ਆਂ ਵੇਖਦਾ ਜਿਨ੍ਹਾਂ ਨੇ ਆਪਣੇ ਕਈ ਸਿੱਖਾਂ ਨੂੰ ਬੁੱਧ ਵਾਲਾ ਗਿਆਨ ਦਿੱਤਾ ਹੈ ਤੁਸੀਂ ਇਹ ਆਪਣੇ ਇਤਿਹਾਸ ਵਿੱਚ ਪੜੋ ਬੁੱਧ ਪਿਛੋਂ 500 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਕਿਸੇ ਨੇ ਵੀ ਬੁੱਧ ਦਾ ਚਿੱਤਰ ਨਹੀਂ ਬਣਾਇਆ ਨਾ ਹੀ ਬੁੱਤ ਘੜਿਆ ਉਹਨਾਂ ਕੋਲ ਕੇਵਲ ਪੌੜੀਆਂ ਸਨ ਜਿਨ੍ਹਾਂ ਤੇ ਬੁੱਧ ਦੇ ਚਰਨ ਜਿੱਤਰੇ ਜਾਂ ਤਰਾਸ਼ੇ ਹੋਏ ਸਨ ਕੇਵਲ ਇਹੀ ਚਿੱਤਰ ਸਨ ਜੋ ਆਪਣੇ ਭਗਵਾਨ ਦੇ ਬਣਾਉਂਦੇ ਸਨ ਸਿਆਣੀ ਪੂਜਾ ਦੇ 500 ਜਾਂ ਵੱਧ ਸਾਲਾਂ ਲਈ ਉਹ ਇਸ ਸੰਬੰਧੀ ਮौन ਜੀਵਨ ਬਿਤਾਉਂਦੇ ਰਹੇ ਜਦੋਂ ਕਿ ਉਹਨਾਂ ਬੁੱਧ ਨੂੰ ਧਿਆਨਮ ਵਿੱਚ ਵੇਖਿਆ ਅਤੇ ਉਸ ਦੇਵੀ ਬਿਰਹਾ ਨਾਲ ਬੇਖੁਦ ਹੋ ਕੇ ਉਹ ਉਸ ਨੂੰ ਮਿਲੇ ਅਤੇ ਹੁਣ ਪਾਵੇਂ ਵੀ ਕਿੰਨਾ ਬੌਧਿਕ ਕਾਰਜ ਹੋਵੇ ਧਿਆਨੀ ਬੁੱਧ ਦੇ ਮਸਤੀ ਭਰੇ ਜلال ਨੂੰ ਵੇਖਣ ਨਾਲ ਕਿੰਨਾ ਰੂਹ ਨੂੰ ਸੁੱਖ ਮਿਲਦਾ ਹੈ ਧਿਆਨੀ ਸਿਰਜਣਾ ਦੀ ਉਸਤਤ ਨਿਰਾਰਥਕ ਹੈ ਜਦੋਂ ਮੈਂ ਉਹਨਾਂ ਚਿੱਤਰਾਂ ਸਾਵੇਂ ਖੜਾ ਹੁੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਗੁਰੂ ਸਾਹਿਬਾਂ ਦੇ ਕਹਿੰਦੇ ਹੋ ਮੈਨੂੰ ਉਹਨਾਂ ਹੀ ਦੁੱਖ ਹੁੰਦਾ ਹੈ ਜਿਨ੍ਹਾਂ ਕੇ ਬਿੰਦਰਾ ਬੰਦ ਦੇ ਮੰਦਰਾਂ ਵਿੱਚੋਂ ਹਿੰਦੂਆਂ ਦੇ ਕ੍ਰਿਸ਼ਨ ਦੀਆਂ ਭਦੀਆਂ ਮੂਰਤੀਆਂ ਨੂੰ ਵੇਖ ਕੇ ਹਾਂਜੀ ਜਦੋਂ ਮੈਂ ਉਹਨਾਂ ਚਿੱਤਰਾਂ ਸਾਵੇਂ ਖੜਾ ਹੁੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਗੁਰੂ ਸਾਹਿਬਾਂ ਦੇ ਕਹਿੰਦੇ ਹੋ ਮੈਨੂੰ ਉਹਨਾਂ ਹੀ ਦੁੱਖ ਹੁੰਦਾ ਹੈ ਜਿਨ੍ਹਾਂ ਕੇ ਬਿੰਦਰਾ ਬੰਦ ਦੇ ਮੰਦਰਾਂ ਵਿੱਚੋਂ ਹਿੰਦੂਆਂ ਦੇ ਕ੍ਰਿਸ਼ਨ ਦੀਆਂ ਭਦੀਆਂ ਮੂਰਤੀਆਂ ਨੂੰ ਵੇਖ ਕੇ ਦੂਜਿਆਂ ਦੇ ਤੀਬਰ ਪਿਆਰ ਦੇ ਇਸ ਕਟਿਆ ਅਨੁਕਰਣ ਨਾਲ ਮਰ ਜਾਓਗੇ ਕਿਉਂਕਿ ਇਸਾਈ ਜਾਂ ਇਤਾਲਵੀ ਮਾਲਕਾਂ ਦੀਆਂ ਚਿੱਤਰਾਂ ਨਾਲ ਬਾਈਬਲ ਨੂੰ ਸੁਚਿੱਤਰ ਕਰਨ ਲਈ ਖੁਸ਼ਕਿਸਮਤ ਹਨ ਤੁਹਾਨੂੰ ਵੀ ਆਪਣੇ ਧਰਮ ਨੂੰ ਪ੍ਰਸਾਰਨ ਲਈ ਉਹਨਾਂ ਦੀ ਨਕਲ ਕਰਨੀ ਚਾਹੀਦੀ ਹੈ ਉਸ ਧਰਮ ਪ੍ਰਚਾਰਤੇ ਮੈਨੂੰ ਦੁੱਖ ਮਹਿਸੂਸ ਹੁੰਦਾ ਹੈ ਜਿਸ ਨੂੰ ਅਜੇ ਨਿਰਜਿੰਦ ਅਨੁਕਰਣ ਦੀ ਲੋੜ ਹੈ ਨੇਕੀ ਦੀ ਖਾਤਰ ਆਪਣਾ ਸਾਰਾ ਕੈਨਵਸ ਸਾੜ ਦਿਓ ਅਤੇ ਆਪਣੇ ਬੁਰਸ਼ ਪਰੇ ਸਟੋ ਤੁਸੀਂ ਅਜੇ ਮਨੁੱਖ ਦੀ ਪੱਧਰ ਤੇ ਨਹੀਂ ਪਹੁੰਚੇ ਅਤੇ ਕਲਾਕਾਰ ਦੀ ਕਾਰੀਗਰੀ ਤੁਹਾਡੀ ਪਹੁੰਚ ਤੋਂ ਬਹੁਤ ਦੂਰ ਹੈ ਤੁਸੀਂ ਸੁੰਦਰਮ ਦੇ ਆਰਟ ਦੀ ਬੋਧਕ ਆਲੋਚਨਾ ਦੇ ਜ਼ਰੂਰੀ ਤਤਾਂ ਨੂੰ ਸਮਝਣ ਦੇ ਅਜੇ ਯੋਗ ਨਹੀਂ ਹੋਏ ਤੁਹਾਨੂੰ ਅਜੇ ਮੋਤੀਆਂ ਦਾ ਹਾਰ ਪਹਿਨਣ ਅਤੇ ਸ਼ਿੰਗਾਰ ਕਰਨ ਦੀ ਜਾਤ ਸਿੱਖਣ ਦੀ ਲੋੜ ਹੈ ਤੁਹਾਨੂੰ ਪੂਰਾ ਸ਼ਿੰਗਾਰ ਲਾ ਕੇ ਤੇ ਆਪਣਾ ਰੂਪ ਨਿਖਾਰ ਕੇ ਉਸ ਸੁੰਦਰਮ ਨੂੰ ਪਹੁੰਚਣ ਦਾ ਸਾਹਸ ਕਰਨਾ ਚਾਹੀਦਾ ਹੈ ਮੈਂ ਸਦਾ ਇਹ ਸੋਚਿਆ ਹੈ ਕਿਉਂਕਿ ਬੰਗਾਲ ਵਿੱਚ ਕੋਈ ਨਵਾਂ ਚੇਤਨਿਆ ਨਹੀਂ ਉੱਠਿਆ ਬੰਗਾਲੀ ਆਡ ਦਾ ਸਕੂਲ ਇੱਕ ਸਵਾੰਗ ਹੈ ਅਨੁਕਰਣ ਹੈ ਮੈਂ ਰੂਹਾਨੀ ਤੌਰ ਤੇ ਖੁਸ਼ ਹੁੰਦਾ ਹਾਂ ਜਦੋਂ ਮੈਂ ਅਜੰਤਾ ਦੀਆਂ ਗੁਫਾਵਾਂ ਦੇ ਚਿੱਤਰਾਂ ਤੋਂ ਤਿਆਰ ਕੀਤੀਆਂ ਤਸਵੀਰਾਂ ਵੇਖਦਾ ਪਰ ਮੈਂ ਦੁਖੀ ਹੁੰਦਾ ਹਾਂ ਜਦੋਂ ਬੰਗਾਲ ਸਕੂਲ ਦੇ ਚਿੱਤਰਾਂ ਦੇ ਟੇੜੇ ਪਣ ਨੂੰ ਵੇਖਦਾ ਹਾਂ ਜੋ ਕਿ ਕੇਵਲ ਦਿਮਾਗੀ ਸੰਕਲਪ ਹੀ ਹਨ ਅਜਿਹੀ ਵਿਸ਼ੇਸ਼ਤਾ ਸੁਖਮ ਅਜੰਤਾ ਭਗਤਾ ਜਿਵੇਂ ਕਿ ਬੰਗਾਲ ਸਕੂਲ ਤੋਂ ਪ੍ਰਗਟ ਹੈ ਦੀ ਤਕਨੀਕ ਜੋ ਕਿ ਲਗਭਗ ਰੂਹਾਨੀ ਹੈ ਦਾ ਅਨੁਕਰਣ ਦੁਖੀ ਕਰਨ ਵਾਲਾ ਹੈ ਜਿਸ ਤਰ੍ਹਾਂ ਚਿੱਤਰਾਂ ਨੂੰ ਤੁਸੀਂ ਪੰਜਾਬ ਦੇ ਸਿੱਖ ਪਿਆਰ ਕਰਦੇ ਹੋ ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡੇ ਆੜ ਦੀ ਰੂਹ ਮਰ ਚੁੱਕੀ ਹੈ ਤੁਸੀਂ ਤਾਂ ਰੋਹਾਨੀ ਪਾਂਦੀ ਦੀ ਪ੍ਰਵਿਰਤੀ ਵਿਖਾਉਣ ਤੋਂ ਵੀ ਅਸਮਰਥ ਹੋ ਖੁਦਾ ਦਾ ਵਾਸਤਾ ਜੇ ਚੁੱਪ ਹੋ ਜਾਓ ਜਿੰਨਾ ਚਿਰ ਕੇ ਜੀਵਨ ਤੁਹਾਡੇ ਅੰਦਰ ਇਕੱਠਾ ਨਾ ਹੋ ਜਾਵੇ ਅਤੇ ਆਪਣੇ ਆਪ ਨਾ ਫੁੱਟ ਨਿਕਲੇ ਉਹਨਾਂ ਚਿਰ ਹਿੰਮ ਦੇ ਡਿਮ ਨਾਲ ਕਾਵਿਏ ਮਿਲਾਈ ਜਾਣ ਅਤੇ ਇਸ ਨੂੰ ਕਿਸੇ ਕਿਸਮ ਦੀ ਕਵਿਤਾ ਕਹਿਣ ਨਾਲੋਂ ਚਲਾਈ ਜਾਣਾ ਚੰਗਾ ਹੈ ਫਿਰਦੌਰਾ ਦੇ ਜਿਸ ਤਰ੍ਹਾਂ ਚਿਤਰਾ ਨੂੰ ਤੁਸੀਂ ਪੰਜਾਬ ਦੇ ਸਿੱਖ ਪਿਆਰ ਕਰਦੇ ਹੋ ਮੈਂ ਮਹਿਸੂਸ ਕਰਦਾ ਕਿ ਤੁਹਾਡੇ ਆਤ ਦੀ ਰੂਹ ਮਰ ਚੁੱਕੀ ਹੈ ਤੁਸੀਂ ਤਾਂ ਰੋਹਾਨੀ ਪਾਂਦੀ ਦੀ ਪ੍ਰਵਿਰਤੀ ਵਿਖਾਉਣ ਤੋਂ ਵੀ ਅਸਮਰਥ ਹੋ ਖੁਦਾ ਦਾ ਵਾਸਤਾ ਜੇ ਚੁੱਪ ਹੋ ਜਾਓ ਜਿਨਾ ਚਿਰ ਕੇ ਜੀਵਨ ਤੁਹਾਡੇ ਅੰਦਰ ਇਕੱਠਾ ਨਾ ਹੋ ਜਾਵੇ ਅਤੇ ਆਪਣੇ ਆਪ ਨਾ ਫੁੱਟ ਨਿਕਲੇ ਉਨਾ ਚਿਰ ਹਿੰਦ ਦੇ ਡਮ ਨਾਲ ਕਾਵਿਏ ਮਿਲਾਈ ਜਾਣ ਅਤੇ ਇਸ ਨੂੰ ਕਿਸੇ ਕਿਸਮ ਦੀ ਕਵਿਤਾ ਕਹਿਣ ਨਾਲੋਂ ਚਲਾਈ ਜਾਣਾ ਚੰਗਾ ਹੈ ਢੋਲ ਕੀ ਦੀ ਗੰਭੀਰ ਧੁਨੀ ਨਾਲ ਬਾਣੀ ਪੜਨ ਨਾਲੋਂ ਅਰਦਾਸ ਵਿੱਚ ਜੁੜ ਮੋਹਨ ਅਥਰੂ ਕੇਰੀ ਜਾਣਾ ਚੰਗਾ ਹੈ ਸਾਫ ਚਿੱਟੀ ਦੁੱਧ ਕਲੀ ਕੀਤੀਆਂ ਦੀਵਾਰਾਂ ਜਾਂ ਪੰਜਾਬ ਦੀ ਬਾਹਰ ਦੇ ਜਾਂਗਲੀ ਦੀਆਂ ਮਿੱਟੀਆਂ ਲਿਪੀਆਂ ਦੀਵਾਰਾਂ ਵਾਲੇ ਸਾਫ ਘਰ ਦੇ ਚਿੱਤਰ ਸਿਸ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਸ਼ਹੀਦ ਜਿਵੇਂ ਕਿ ਤੁਸੀਂ ਕਹਿੰਦੇ ਹੋ ਦੇ ਚਿੱਤਰ ਨਾਲੋਂ ਮਾਸ ਦੀ ਨਿਰਜਨ ਦੇ ਜਿਸ ਤੇ ਉਹ ਲੇਬਲ ਲੱਗਾ ਹੈ ਤੋਂ ਕਿਤੇ ਚੰਗੇ ਹਨ ਦੁਖਦਾਈ ਅਤੇ ਤੁਸੀਂ ਸਾਰੇ ਖੜੇ ਹੋ ਕੇ ਆਪਣੀ ਦੀਵਾਰ ਵੱਲ ਤਾੜੀ ਲਾ ਕੇ ਵੇਖਦੇ ਕਹਿੰਦੇ ਹੋ ਕਿ ਡਾਵਾਡਾ ਸ਼ਹੀਦ ਹੈ ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਡਾ ਨਜ਼ਰੀਆ ਬਹੁਤ ਗੰਦਾ ਮੈਲਾ ਫਕਾਉ ਅਤੇ ਰੁਝਾਵਿਆਂ ਵਾਲਾ ਹੈ। ਇਹ ਕਿਸੇ ਕਿਸਮ ਦੇ ਕਲਾਮਈ ਰੂਪਾਂ ਜਾਂ ਸਾਹਿਦ ਦੀ ਉਤਪਤੀ ਦੇ ਸੋਮਿਆਂ ਦੇ ਕਿਤੇ ਵੀ ਨੇੜੇ ਨਹੀਂ। ਤੁਹਾਡੇ ਸਾਰੇ ਮਾਸਕ ਪੱਤਰ ਕੂੜੇ ਤੇ ਸੁੱਟਣ ਯੋਗ ਹਨ। ਸਾਡੇ ਵਿੱਚੋਂ ਬਹੁਤ ਸਾਰੇ ਜੋ ਆਪਣੇ ਆਪ ਨੂੰ ਸਾਹਿਤ ਦੇ ਸਮਰਾਟ ਸਮਝਦੇ ਹਨ, ਕੂੜੇ ਦੇ ਢੋਲ ਹਨ। ਜਿਨ੍ਹਾਂ ਵਿੱਚ ਦੁਨਿਆਵੀ ਸਿਆਣਪ ਦੀ ਗਰਦ ਇਕੱਠੀ ਹੁੰਦੀ ਹੈ। ਜੋ ਮਾਨਵ ਕਿਸੇ ਤਰ੍ਹਾਂ ਵੀ ਰੋਹਾਨੀ ਜਾਂ ਕਲਾਮਈ ਤੌਰ ਤੇ ਅਮੀਰ ਹਨ ਆਪਣੇ ਆਪ ਨੂੰ ਕੁੰਝ ਕੇ ਰੱਖਦੇ ਹਨ ਦੁਨਿਆਵੀ ਕਮਾਂ ਲਈ ਜੀਵਨ ਲਾਉਣ ਦੇ ਵਿਚਾਰ ਤੋਂ ਕੰਮ ਜਾਂਦੇ ਹਨ ਲੋਕਾਂ ਨੂੰ ਛੋਟੇ ਜਾਂ ਵੱਡੇ ਪੈਮਾਨੇ ਤੇ ਧੋਖੇ ਦੇ ਕੇ ਜੀਵਨ ਨਾਲੋਂ ਉਹ ਭੁੱਖਿਆਂ ਮਰ ਜਾਣਾ ਚੰਗਾ ਸਮਝਦੇ ਹਨ ਫਿਰ ਦੁਰਾਦੇ ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ ਚਾਹੁੰਦਾ ਕਿ ਤੁਹਾਡਾ ਨਜ਼ਰੀਆ ਬਹੁਤ ਗੰਦਾ ਮੈਲਾ ਥਕਾਊ ਅਤੇ ਰੁਝਾਵਿਆਂ ਵਾਲਾ ਹੈ। ਇਹ ਕਿਸੇ ਕਿਸਮ ਦੀ ਕਲਾਮਈ ਰੂਪਾਂ ਜਾਂ ਸਾਇਦ ਦੀ ਉਤਪਤੀ ਦੇ ਸੋਮਿਆਂ ਦੇ ਕਿਤੇ ਵੀ ਨੇੜੇ ਨਹੀਂ। ਤੁਹਾਡੇ ਸਾਰੇ ਮਾਸਕ ਪੱਤਰ ਕੂੜੇ ਤੇ ਸੁੱਟਣ ਯੋਗ ਹਨ। ਸਾਡੇ ਵਿੱਚੋਂ ਬਹੁਤ ਸਾਰੇ ਜੋ ਆਪਣੇ ਆਪ ਨੂੰ ਸਾਇਤੇ ਸਮਰਾਟ ਸਮਝਦੇ ਹਨ ਕੂੜੇ ਦੇ ਢੋਲ ਹਨ ਜਿਨ੍ਹਾਂ ਵਿੱਚ ਦੁਨਿਆਵੀ ਸਿਆਣਪ ਦੀ ਗਰਦ ਇਕੱਠੀ ਹੁੰਦੀ ਹੈ। ਜੋ ਮਨੁੱਖ ਕਿਸੇ ਤਰ੍ਹਾਂ ਵੀ ਰੂਹਾਨੀ ਜਾਂ ਕਲਾਮਾਈ ਤੌਰ ਤੇ ਅਮੀਰ ਹਨ ਆਪਣੇ ਆਪ ਨੂੰ ਕੁੰਝ ਕੇ ਰੱਖਦੇ ਹਨ ਦੁਨਿਆਵੀ ਕਮ ਲਈ ਜੀਵਨ ਲਾਉਣ ਦੇ ਵਿਚਾਰ ਤੋਂ ਕੰਮ ਜਾਂਦੇ ਹਨ ਲੋਕਾਂ ਨੂੰ ਛੋਟੇ ਜਾਂ ਵੱਡੇ ਪਹਿਮਾਨੇ ਤੇ ਧੋਖੇ ਦੇ ਕੇ ਜੀਵਨ ਨਾਲੋਂ ਉਹ ਭੁੱਖਿਆ ਮਰ ਜਾਣਾ ਚੰਗਾ ਸਮਝਦੇ ਹਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਮਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ